मैं संदीप चौधरी, मैं तुहाडा स्वागत करदा न्यूज़ 89 पंजाब दे विच। हल्का कनौर दे विच खड़े हां ते मदन लाल जलालपुर जी दे सपुत्र गगनदीप सिंह जोली साडे नाल मौजूद है। वड्डी संख्या दे विच जिहड़े हैं कांग्रेस दे विच शामिल होण दा सिलसिला जिहड़ा होर पार्टियां तों जिहड़े भी उहनां दे समर्थक सीगे कांग्रेस पार्टी नूं देखदे होए, उहनां दे कामकार नूं देखदे होए ते ਉਹ ਸ਼ਾਮਿਲ ਹੋ ਰਹੇ ਆ ਕਾਂਗਰਸ ਦੇ ਵਿੱਚ ਤੇ ਸਾਡੇ ਨਾਲ ਮੌਜੂਦ ਹੈ ਜੋਲੀ ਜੀ, ਜਿਨ੍ਹਾਂ ਨੇ ਇਹਨਾਂ ਨੂੰ ਸ਼ਾਮਿਲ ਕਰਵਾਇਆ। ਆਪਾਂ ਇਹਨਾਂ ਦਾ ਗੱਲ ਕਰ ਲੈਂਦੇ ਹਾਂ, ਕੀ ਕਹਿਣਾ ਚਾਹੋਗੇ ਜੋਲੀ ਜੀ ਅੱਜ ਲੋਕ ਜਿਹੜੇ ਸ਼ਾਮਿਲ ਹੋ ਰਹੇ ਆ ਕਾਂਗਰਸ? ਦੇਖੋ, ਕਾਂਗਰਸ ਪਾਰਟੀ ਸ਼ੁਰੂ ਤੋਂ ਆਮ ਲੋਕਾਂ ਦੀ ਪਾਰਟੀ ਰਹੀ ਹੈ ਅਤੇ ਜਿਹੜੀ ਸਾਡੀ ਅੱਜ ਪੰਜਾਬ ਸਰਕਾਰ ਚੱਲ ਰਹੀ ਹੈ, ਚਰਨਜੀਤ ਸਰਦਾਰ ਸਾਡੇ ਚਰਨਜੀਤ ਸਿੰਘ ਚੰਨੀ ਜੀ ਆ ਉਹਨਾਂ ਦੀ ਅਗਵਾਈ ਦੇ ਹੇਠ ਚੱਲ ਰਹੀ ਹੈ ਅਤੇ ਸਾਡੇ ਬੜੇ ਹੀ ਵਧੀਆ ਤਰੀਕੇ ਨਾਲ ਸਾਰੀ ਲੀਡਰਸ਼ਿਪ, ਚਾਹੇ ਸਾਡੇ ਡਿਪਟੀ CM ਸਾਹਿਬ ਹੈ, ਰੰਧਾਵਾ ਸਾਹਿਬ ਹੈ, OP ਸੋਨੀ ਜੀ ਹੈ, ਸਾਰੀ ਕੈਬਨਿਟ ਹੈ, ਬੜੇ ਵਧੀਆ ਜੋ ਪੰਜਾਬ ਨੂੰ ਡਿਸੀਜਨ ਲੈ ਰਹੀ ਹੈ ਉਹਨੂੰ ਦੇਖਦੇ ਹੋਏ ਸੈਂਕੜਿਆਂ ਦੇ ਹਿਸਾਬ ਦੇ ਨਾਲ, ਮਤਲਬ ਕਿ ਗਿਣਤੀ ਨਹੀਂ ਹੈ, ਜਿਹੜੇ ਵੱਖ ਵੱਖ ਪਾਰਟੀਆਂ ਤੋਂ ਜਿਹੜੇ ਲੋਕ ਹੈ ਰੋਜ਼ ਜੁਆਇਨਿੰਗਾਂ ਕਰ ਰਹੇ ਹੈ ਅਤੇ ਆਪਣਾ ਕਾਂਗਰਸ ਪਾਰਟੀ ਦਾ ਜਿਹੜਾ ਅਮਲਾ ਆ ਦਿਨ ਪਰ ਦਿਨ ਵੱਧਦਾ ਜਾ ਰਿਹਾ ਅਤੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਬਿੱਲਾਂ 'ਤੇ ਸਿੱਕਰੀ ਆਈ ਪਈ ਆ, ਉਹਨਾਂ ਨੂੰ ਟੈਨਸ਼ਨਾਂ ਹੋਈਆਂ ਪਈਆਂ ਵੀ ਹੁਣ ਅਸੀਂ ਉਹਨਾਂ ਨੂੰ ਕਿਤੇ ਨਾ ਬੜਾ ਅਚਪਚੀ ਜੀ ਮਚੀ ਹੋਈ ਆ। ਪੁੱਠੇ ਸਿੱਧੇ ਜੇ ਬਿਆਨ ਵੀ ਤਾਂ ਹੀ ਦਿੰਦੇ ਆ, ਕੋਈ ਕੁਛ ਕਹਿਣ ਲੱਗ ਪੈਂਦਾ, ਕੋਈ ਕੁਛ ਕਹਿਣ ਲੱਗ ਪੈਂਦਾ, ਪਰ ਕੋਈ ਵੀ ਬੰਦਾ ਜਿਹੜਾ ਹੈਗਾ ਆ ਮੁੱਦੇ ਦੀ ਗੱਲ ਜਿਹੜੀ ਹੈਗੀ ਆ ਉਹਨਾਂ ਨੇ ਛੱਡੀ ਨਹੀਂ, ਚਾਹੇ ਬਿਜਲੀ ਦਾ ਮੁੱਦਾ ਹੋਵੇ, ਚਾਹੇ ਡਿਵੈਲਪਮੈਂਟ ਦਾ ਮੁੱਦਾ ਹੋਵੇ, ਹਰ ਮੁੱਦੇ 'ਤੇ ਜਿਹੜੀ ਹੈਗੀ ਹੈ ਵੀ ਆਪਣਾ ਪੰਜਾਬ ਸਰਕਾਰ ਕੰਮ ਕਰ ਰਹੀ ਆ, ਉਹਨਾਂ ਕੰਮਾਂ ਨੂੰ ਦੇਖਦੇ ਹੋਏ, ਆਪਣੇ ਪਿੰਡ ਦੀ ਡਿਵੈਲਪਮੈਂਟ ਨੂੰ ਦੇਖਦੇ ਹੋਏ ਇਹ ਲੋਕਾਂ ਨੇ ਸਾਡੇ ਮੇਰੇ ਫਾਦਰ ਸਾਹਿਬ ਮਦਨ ਲਾਲ ਜਲਾਲਪੁਰ ਜੀ ਨੇ ਜੋ ਹਲਕੇ ਦੇ ਵਿੱਚ ਕੰਮ ਕੀਤੇ ਆ ਉਹਨਾਂ ਨੂੰ ਦੇਖਦੇ ਹੋਏ ਜਿਹੜੇ ਇਹ ਲੋਕ ਹੈ ਅੱਜ ਕਾਂਗਰਸ ਪਾਰਟੀ ਦੇ ਨਾਲ ਜੁੜ ਰਹੇ। ਜਿਵੇਂ ਕਿ ਹੁਣ ਚੁਣਾਵ ਨੇੜੇ ਹੈਗੇ, ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਪਿੰਡਾਂ ਦੇ ਵਿੱਚ ਜਾ ਰਹੇ ਹੋ, ਲੋਕਾਂ ਨੂੰ ਵੋਟ ਪਾਉਣ ਵਾਸਤੇ ਕਹਿ ਰਹੇ ਹੋ, ਕਿਹੜੇ ਕਿਹੜੇ ਕੰਮ ਹੈ ਜਿਹੜੇ ਤੁਸੀਂ ਕਰਵਾਏ ਹੈ ਅਤੇ ਕੀ ਕਹਿਣਾ ਚਾਹੋਗੇ? ਸਭ ਅਸੀਂ ਅੱਜ ਜਿਹੜੇ ਮੁੱਦੇ ਲੈ ਕੇ ਜਾ ਰਹੇ ਹਾਂ ਲੋਕਾਂ ਦੇ ਵਿੱਚ, ਉਹ ਸਾਡੀ ਹੈਗੀ ਸਭ ਤੋਂ ਵੱਡਾ ਮੁੱਦਾ ਡਿਵੈਲਪਮੈਂਟ ਦਾ ਮੁੱਦਾ ਆ। ਅੱਜ ਦੀ ਡੇਟ ਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ ਕਾਂਗਰਸ ਪਾਰਟੀ ਦੀ, ਜਿਹੜੀ ਸਾਡਾ ਘਨੌਰ ਹਲਕਾ ਆ ਉਹਦੇ ਵਿੱਚ ਚਾਹੇ ਤੁਸੀਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਲਾਓ, ਉੱਥੇ ਨਵਾਂ ITI ਬਣਿਆ, ਸਕੂਲ ਅਪਗ੍ਰੇਡ ਹੋਏ, ਸਕੂਲਾਂ ਦੇ ਜਿਹੜੇ ਉੱਤੇ ਪੈਸਾ ਖਰਚਿਆ ਗਿਆ, ਉਹਨਾਂ ਦੀ ਜਿਹੜਾ ਉਹਨਾਂ ਦੀਆਂ ਬਿਲਡਿੰਗਾਂ ਅਪਗ੍ਰੇਡ ਕੀਤੀਆਂ ਗਈਆਂ, ਅਤੇ ਆਪਣਾ ਜੇ ਤੁਸੀਂ ਗੱਲ ਕਰਦੇ ਹੈਲਥ ਦੇ ਵਿੱਚ ਨਵਾਂ ਹੋਸਪਿਟਲ ਜਿਹੜਾ ਹੈਗਾ ਐਮਰਜੈਂਸੀ ਦੇ ਨਾਲ ਸਹੂਲਤਾਂ ਦੇ ਨਾਲ ਹੋਸਪਿਟਲ ਨਵਾਂ ਬਣ ਰਿਹਾ, ਠੀਕ ਹੈ, ITI ਨਵੀਂ ਬਣ ਰਹੀ ਹੈ, ਸੜਕਾਂ ਰੋਡ ਡਿਵੈਲਪਮੈਂਟ ਜਿਹਨੂੰ ਇਨਫਰਾ ਡਿਵੈਲਪਮੈਂਟ ਆਪਾਂ ਕਹਿੰਦੇ ਹਾਂ, ਕਈ ਸੌ ਕਿਲੋਮੀਟਰ ਜਿਹੜੀਆਂ ਸੜਕਾਂ ਨੇ ਉਹ ਵਾਈਡਨਿੰਗ ਹੋਈ ਹੈ ਅਤੇ ਨਵੀਆਂ ਜਿਹੜੀਆਂ ਬਣ ਕੇ ਤਿਆਰ ਹੋਈਆਂ ਨੇ, ਅਤੇ ਆਪਣਾ 100 ਕਿਲੋਮੀਟਰ ਦੇ ਕਰੀਬ ਜਿਹੜੀ ਹੈ ਸਾਡੇ ਹਲਕੇ ਦੇ ਵਿੱਚ ਸੜਕਾਂ ਨਵੀਆਂ ਗੋਹਰਾਂ ਜਿਹੜੀਆਂ ਪੱਕੀਆਂ ਹੋ ਰਹੀਆਂ ਨੇ, ਅਤੇ ਆਪਣਾ ਜਿਹੜੀ ਰੂਰਲ ਡਿਵੈਲਪਮੈਂਟ ਹੈ ਉਹਦੇ ਉੱਤੇ ਬਹੁਤ ਜ਼ਿਆਦਾ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਹਿਸਾਬ ਹੀ ਨਹੀਂ ਹੈ, ਵੀ ਅਸੀਂ ਹਜੇ ਚੋਣ ਜਾਬਤਾ ਲੱਗ ਲੈਣ ਤੋਂ ਪ੍ਰੋਪਰ ਤੁਹਾਨੂੰ ਪੂਰਾ ਇੱਕ ਮੈਨੀਫੈਸਟੋ ਜਾਰੀ ਕਰਾਂਗੇ ਜਿਹਦੇ ਵਿੱਚ ਅਸੀਂ ਜਿਹੜਾ ਹੈਗਾ ਜੋ ਕੰਮ ਕੀਤੇ ਆ ਹਲਕੇ ਦੇ ਉਹ ਕੰਮ ਜਿਹੜੇ ਅਸੀਂ ਜਾਰੀ ਕਰਾਂਗੇ, ਚਾਹੇ ਉਹ ਪੁਲ ਬਣ ਰਹੇ ਆ ਨਹਿਰਾਂ 'ਤੇ, ਜੋ ਵੀ ਛੋਟੇ ਤੋਂ ਛੋਟੇ ਲੈ ਕੇ ਵੱਡੇ ਤੋਂ ਵੱਡਾ ਕੰਮ ਜੋ ਹਲਕੇ ਦੇ ਵਿੱਚ ਹੋਇਆ ਜੀ, ਉਹਦੀ ਜਿਹੜੀ ਹਜ਼ਾਰਾਂ ਜਿਹੜੀ ਆਪਾਂ ਕਈ ਸੌ ਕਰੋੜ ਦੇ ਵਿੱਚ ਉਹ ਜਿਹੜੀ ਹੈਗੀ ਹੈ ਆਪਣਾ ਜਿਹੜੀ ਉਹ ਬਣਦੀ ਹੈਗੀ ਹੈ ਰਾਸ਼ੀ, ਉਹ ਜਿਹੜੀ ਹੈਗੀ ਆ ਵੀ ਅਸੀਂ ਜਨਤਕ ਕਰਾਂਗੇ, ਅਤੇ ਉਸਦੇ ਬੇਸ ਦੇ ਉੱਤੇ ਅਸੀਂ ਜਿਹੜਾ ਹੈਗਾ ਲੋਕਾਂ ਦੇ ਵਿੱਚ ਜਿਹੜਾ ਹੈਗਾ ਜੋ ਕਿਹਾ ਉਹ ਕੀਤਾ ਅਤੇ ਜੋ ਕਹਾਂਗੇ ਉਹ ਕਰਾਂਗੇ, ਇਸ ਮੁੱਦੇ ਨੂੰ ਲੈ ਕੇ ਅਸੀਂ ਲੋਕਾਂ ਦੇ ਵਿੱਚ। ਜਿਵੇਂ ਕਿ ਪੰਜਾਬ ਸਰਕਾਰ ਨੇ ਤੁਹਾਨੂੰ ਇੱਕ ਬਹੁਤ ਵੱਡੇ ਅਹੁਦੇ ਨਾਲ ਨਿਵਾਜਿਆ, ਤੁਸੀਂ ਡਾਇਰੈਕਟਰ ਬਣਾਏ ਗਏ ਹੋ ਬਿੱਲੀ ਬੋਰਡ ਉਹਦੇ ਪੰਜਾਬ ਦੇ, ਅਤੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਅਹੁਦਾ ਤੁਹਾਨੂੰ ਲੇਟ ਮਿਲਿਆ? ਕਿਉਂਕਿ ਜਿਹੜੇ ਪਹਿਲਾਂ ਸੀਗੇ ਡਾਇਰੈਕਟਰ ਉਹਨਾਂ ਵੱਲੋਂ ਜਿਹੜੇ ਹੜਤਾਲ 'ਤੇ ਬੈਠੇ ਸੀ ਲੋਕ, ਅਤੇ ਤੁਸੀਂ ਆਉਂਦੇ ਹੀ ਉਹਨਾਂ ਨੂੰ ਉਠਾਤਾ ਅਤੇ ਬੜਾ ਉਤਸ਼ਾਹਿਤ ਕੀਤਾ, ਉਹਨਾਂ ਦਾ ਵੀ ਇਹੀ ਕਹਿਣਾ ਸੀਗਾ ਵੀ ਸਾਨੂੰ ਜਿਹੜਾ ਹੈਗਾ ਵਾਅਦਾ ਕੀਤਾ ਅਤੇ ਸਾਡੀ ਮੰਗਾਂ ਜਿਹੜੀਆਂ ਜਲਦੀ ਪੂਰੀ ਹੋ ਜਾਣਗੀਆਂ, ਕੀ ਕਹਿਣਾ ਚਾਹੋ? ਦੇਖੋ ਚੌਧਰੀ ਸਾਹਿਬ, ਮੈਂ ਕੋਈ ਨਹੀਂ ਹੁੰਦਾ ਕਿਸੇ 'ਤੇ ਉਂਗਲ ਚੱਕਣ ਵਾਲਾ, ਉਹਨਾਂ ਦੇ ਆਪਦੇ ਤਰੀਕੇ ਸੀ ਕੰਮ ਕਰਨ ਦੇ, ਮੇਰੇ ਆਪਦੇ ਤਰੀਕੇ ਆ ਕੰਮ ਕਰਨ ਦੇ। ਜਿਹੜੀ ਆਪਾਂ ਗੱਲ ਕਰਦੇ ਹਾਂ ਲੇਟ ਆਏ ਜਾਂ ਕੁਛ ਹੈ, ਦੇਖੋ ਸਾਡਾ ਜਿਹੜਾ ਹੈਗਾ ਡਿਵੈਲਪਮੈਂਟ ਨੂੰ ਲੈ ਕੇ ਜਾਂ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਸਾਡਾ ਆਪਦੀ ਸਰਕਾਰ ਦੇ ਨਾਲ ਵੀ ਸਾਡਾ ਟਕਰਾਅ ਚੱਲਦਾ ਰਿਹਾ, ਅਤੇ ਸੋ ਜਿਹੜਾ ਉਹ ਟਕਰਾਅ ਆ ਉਹਦੇ ਤਹਿਤ ਜਿਹੜੇ ਹੈਗੇ ਵੀ ਨਹੀਂ ਉਹਨਾਂ ਨੇ ਨਿਵਾਜਿਆ, ਕੋਈ ਗੱਲ ਨਹੀਂ ਆ, ਪਰ ਅੱਜ ਜੋ ਮੈਨੂੰ ਪੰਜਾਬ ਸਰਕਾਰ ਨੇ ਮੇਰੀ ਡਿਊਟੀ ਲਈ ਆ ਪਾਵਰ ਕਾਰਪੋਰੇਸ਼ਨ 'ਚ, ਜੋ ਮੇਰੀ ਐਜ਼ ਇਨ ਡਾਇਰੈਕਟਰ ਐਡਮਿਨਿਸਟ੍ਰੇਸ਼ਨ ਡਿਊਟੀ ਲਈ ਆ, ਮੈਂ ਆਪਦਾ ਨੈਤਿਕ ਤੌਰ 'ਤੇ ਫਰਜ਼ ਮੰਨਦਾ ਹਾਂ ਵੀ ਜੋ ਅਸੀਂ ਜੋ ਮੈਨੂੰ ਉਹਨਾਂ ਨੇ ਡਿਊਟੀ ਲਈ ਕਿ ਪੰਜਾਬ ਦੇ ਵਿੱਚ ਲੋਕਾਂ ਨੂੰ ਜਿਹੜਾ ਸਾਡਾ ਕੰਜ਼ਿਊਮਰ ਹੈ ਖਪਤਕਾਰ ਹੈ ਉਹਨੂੰ ਬਿਨਾਂ ਜਿਹੜਾ ਹੈਗਾ ਜੋ ਵੀ ਬਿਜਲੀ ਦੀਆਂ ਬਿਨਾਂ ਜਿਹਨੂੰ ਕਹਿੰਦੇ ਨਹੀਂ ਵਿਘਨ ਦੇ ਜਿਹੜੀਆਂ ਸਾਡੀਆਂ ਸਰਵਿਸਿਜ਼ ਪ੍ਰੋਵਾਈਡ ਹੁੰਦੀਆਂ ਰਹਿਣ, ਬਿਜਲੀ ਪ੍ਰੋਵਾਈਡ ਹੁੰਦੀ ਰਹੇ, ਜੋ ਸਾਡੇ ਖਪਤਕਾਰ ਦੀ ਹਰਾਸਮੈਂਟ ਹੈ ਉਹ ਘੱਟ ਤੋਂ ਘੱਟ ਹੋ ਕੇ ਅਤੇ ਉਹਨਾਂ ਨੂੰ ਜਿਹੜਾ ਫੈਸਿਲੀਟੇਟ ਕਰਕੇ ਅਸੀਂ ਜਿਹੜਾ ਪਾਵਰ ਸਪਲਾਈ ਉਹਨਾਂ 'ਚ ਦੇ ਸਕੀਏ, ਅਸੀਂ ਉਹਦੇ ਵਿੱਚ ਪੂਰੇ ਆਪਣਾ ਜਿੰਨਾ ਸਾਡੇ 'ਚ ਜ਼ੋਰ ਹੈ ਅਸੀਂ ਉਹਨੂੰ ਲਾ ਕੇ ਜਿਹੜਾ ਹੈਗਾ ਉਹਦੇ 'ਚ ਕਰਾਂਗੇ। ਮਦਨ ਲਾਲ ਜਲਾਲਪੁਰ ਜੀ ਨੂੰ ਮੁੱਖ ਮੰਤਰੀ ਚੰਨੀ ਦੇ ਬਹੁਤ ਨੇੜੇ ਜਿਹੜਾ ਦੱਸਿਆ ਜਾਂਦਾ, ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਚੰਨੀ ਜੀ ਦਾ ਪ੍ਰੋਗਰਾਮ ਹੋਵੇ? ਅੱਜ ਵੀ ਇੱਕ ਮੀਟਿੰਗ ਹੋਈ ਆ
ਉਰੇ ਜੋ ਸੁਣਨ ਨੂੰ ਮਿਲਿਆ ਕਿ ਚੰਨੀ ਜੀ ਜਲਦੀ ਜਿਹੜੇ ਘਨੌਰ ਦੇ ਵਿੱਚ ਇੱਕ ਰੈਲੀ ਕਰਨ ਜਾ ਰਹੇ ਹਾਂ ਕੀ ਕਹਿਣਾ ਚਾਹੋਗੇ? ਦੇਖੋ 29 ਤਰੀਕ ਨੂੰ ਸਾਡੇ ਜਿਹੜੀ ਹੈਗੀ ਹੈ ਵੀ ਅੱਜ ਜਿਹੜਾ ਸਾਨੂੰ ਆਇਆ ਸੁਨੇਹਾ ਵੀ ਚੰਨੀ ਜੀ ਸਾਡੇ ਹਲਕੇ ਘਨੌਰ ਦੇ ਵਿੱਚ ਆ ਰਹੇ ਆ ਵੱਡੀ ਰੈਲੀ ਦੇ ਰੂਪ ਦੇ ਵਿੱਚ ਆ ਰਹੇ ਆ। ਮੈਂ ਤੁਹਾਡੇ ਜਿਹੜਾ ਚੈਨਲ ਹੈ ਬੜਾ ਵਧੀਆ ਚੈਨਲ ਹੈ ਨਿਊਜ਼ 18 ਨੇ ਲੋਕਾਂ ਨੂੰ ਦੇਖਦੇ ਵੀ ਬਹੁਤ ਆ, ਮੈਂ ਇਹਦੇ ਰਾਹੀਂ ਲੋਕਾਂ ਨੂੰ ਮੈਸੇਜ ਵੀ ਦੇਣਾ ਚਾਹਾਂਗਾ ਕਿ ਵੀ ਜ਼ਰੂਰ 29 ਤਰੀਕ ਨੂੰ ਜਿਹੜਾ ਹੈਗਾ ਤੁਸੀਂ ਇੱਥੇ ਜਿਹੜਾ ਪਹੁੰਚੋ, ਆਪਣਾ ਅਨਾਜ ਮੰਡੀ ਜਿਹੜਾ ਪ੍ਰੋਗਰਾਮ ਰੱਖ ਰਹੇ ਘਨੌਰ ਅਨਾਜ ਮੰਡੀ ਦੇ ਵਿੱਚ ਸਾਰੇ ਜਣੇ ਪਹੁੰਚਣ ਅਤੇ ਆਪਣਾ ਜੋ ਚਰਨਜੀਤ ਸਿੰਘ ਚੰਨੀ ਜੀ ਸਾਡੇ ਮੁੱਖ ਮੰਤਰੀ ਬਣ ਕੇ ਪਹਿਲੀ ਵਾਰੀ ਘਨੌਰ ਆ ਰਹੇ ਆ ਅਤੇ ਉਹਨਾਂ ਨੇ ਬਹੁਤ ਕੁਛ ਜਿਹੜਾ ਹੈਗਾ ਘਨੌਰ ਨੂੰ ਦਿੱਤਾ। ਜਿਹੜੀ ITI ਹੈ ਉਹਨਾਂ ਨੇ ਐਜ਼ ਇਨ ਜੇ ਆਪਾਂ ਕਹਿੰਦੇ ਹਾਂ ਟੈਕਨੀਕਲ ਐਜੂਕੇਸ਼ਨ ਮਿਨਿਸਟਰ ਸਾਡੇ ਘਨੌਰ ਨੂੰ ਦਿੱਤੀ ਹੈ। ਬੜਾ ਅੱਗੇ ਵੀ ਜਿਹੜਾ ਸਾਨੂੰ ਜਿਹੜਾ ਜਿੰਨਾ ਕੁ ਐਜੂਕੇਸ਼ਨ ਦੇ ਵਿੱਚ ਸਾਡੀ ਮਦਦ ਕਰ ਟੈਕਨੀਕਲ ਐਜੂਕੇਸ਼ਨ ਦੇ ਵਿੱਚ ਮਦਦ ਕਰ ਸਕਦੇ ਸੀਗੇ ਅਤੇ ਉਹਨਾਂ ਨੇ ਕੀਤੀ ਹੈ। ਹਰ ਵਕਤ ਜਦੋਂ ਮੇਰੇ ਫਾਦਰ ਸਾਹਿਬ ਨੂੰ ਲੋੜ ਪਈ ਹੈ ਤਾਂ ਸਭ ਤੋਂ ਪਹਿਲਾਂ ਜੇ ਢਾਲ ਬਣ ਕੇ ਖੜੇ ਆ ਤਾਂ ਸਰਦਾਰ ਚਰਨਜੀਤ ਸਿੰਘ ਚੰਨੀ ਜੀ। ਵੱਡੇ ਐਲਾਨ ਵੀ ਕਰ ਸਕਦੇ ਆ ਚੰਨੀ ਜੀ? ਬਿਲਕੁਲ ਜੀ ਬਿਲਕੁਲ, ਉਹ ਆਉਣਗੇ ਤੁਹਾਡੇ ਸਾਹਮਣੇ, ਪਟਾਰਾ ਖੋਲਣਗੇ ਕੁਛ ਨਾ ਕੁਛ, ਫਿਰ ਜਿਹੜਾ ਹੈਗਾ ਵੀ ਘਨੌਰ ਨੂੰ ਗਿਫਟ ਦੇ ਕੇ ਜਾਣਗੇ। ਸੋ ਨਵੇਂ ਸਾਲ ਦਾ ਤੋਹਫਾ ਕੋਈ ਨਾ ਕੋਈ ਅਸੀਂ ਜ਼ਰੂਰ ਉਹਨਾਂ ਨੂੰ ਮੰਗਾਂਗੇ ਵੀ ਅਤੇ ਸਾਡਾ ਫਰਜ਼ ਉਹਨਾਂ ਦਾ ਹੱਕ ਵੀ ਬਣਦਾ ਅਤੇ ਸਾਡਾ ਵੀ ਹੱਕ ਬਣਦਾ ਉਹਨਾਂ ਤੋਂ ਲੈਣਾ ਅਤੇ ਦੇਣਾ, ਇਹ ਜ਼ਰੂਰ ਹੋਏਗਾ ਅਤੇ ਆਪਣਾ ਜਿਹੜਾ ਹੈਗਾ ਕੁਛ ਨਾ ਕੁਛ ਘਨੌਰ ਨੂੰ ਜ਼ਰੂਰ ਮਿਲੇਗਾ ਜਦੋਂ ਮੁੱਖ ਮੰਤਰੀ ਸਾਹਿਬ ਆਉਣ। ਸੋ ਇਹ ਸੀਗੇ ਮਦਨ ਲਾਲ ਜਲਾਲਪੁਰ ਜੀ ਸਪੁੱਤਰ ਜਿਹੜੇ ਗਗਨਦੀਪ ਸਿੰਘ ਜੋਲੀ ਅਤੇ ਵੱਡੀ ਸੰਖਿਆ ਦੇ ਵਿੱਚ ਉਰੇ ਅੱਜ ਕਾਂਗਰਸ ਜੁਆਇਨ ਕੀਤੀ ਹੈ, ਜਿਨ੍ਹਾਂ ਦੇ ਕੀ ਕਹਿਣਾ ਚਾਹੋਗੇ ਤੁਹਾਡੇ ਨਾਲ ਜਿਹੜੇ? ਅਸੀਂ ਤਾਂ ਕਹਾਂਗੇ ਮਦਨ ਲਾਲ ਜਲਾਲਪੁਰ ਸਾਡੇ ਇੱਕ ਬੱਚੇ ਬੱਚੇ ਦੇ ਮੂੰਹ ਦੇ ਜ਼ਬਾਨ 'ਤੇ ਇਹੀ ਨਾਮ ਹੈ ਕਿ ਮਦਨ ਲਾਲ ਜਲਾਲਪੁਰ ਸਾਡੇ ਪਿੰਡ ਦੇ ਵਿੱਚ ਇੰਨਾ ਕੁ ਵਿਕਾਸ ਕਰ ਦਿੱਤਾ ਕਿ ਤੁਸੀਂ ਆਹ ਦੇਖ ਹੀ ਸਕਦੇ ਹੋ ਕਿ ਇੰਨੇ ਅਲੱਗ ਅਲੱਗ ਪਾਰਟੀਆਂ ਤੋਂ ਸਾਡੇ ਕੋਲ ਆਪ ਚੱਲ ਕੇ ਆਏ ਹਨ ਕਿ ਅਸੀਂ ਕਾਂਗਰਸ ਦੇ ਵਿੱਚ ਜੁਆਇਨ ਹੋਣਾ, ਕਿਉਂਕਿ ਜੋ ਆਉਣ ਵਾਲੇ ਇਲੈਕਸ਼ਨ ਹਨ 2022 ਦੇ ਵਿੱਚ ਉਹਨਾਂ ਨੂੰ ਦੇਖਦੇ ਹੋਏ ਲੋਕ ਜਾਗਰੂਕ ਹੋ ਗਏ ਹਨ ਵੀ ਅਸੀਂ ਕਾਂਗਰਸ ਨਾਲ ਜੁੜਾਂਗੇ, ਇਹਨਾਂ ਨੂੰ ਪਹਿਲਾਂ ਨਾਲੋਂ ਵੀ ਵੱਧ ਵੋਟਾਂ ਦੇ ਲੀਡ ਨਾਲ ਅਸੀਂ ਜਿਤਾਉਣਾ ਹੈ। ਕਿਉਂਕਿ ਜੋ ਅੱਜ ਦੇ ਟਾਈਮ 'ਚ ਦੇਖਦੇ, ਪਿਛਲੇ ਵਾਰੀ ਵੀ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਨੂੰ ਦੇਖਦੇ ਹੋਏ ਕੀ ਹਾਲਤ ਸੀ ਸਕੂਲਾਂ ਦੀ, ਅੱਜ ਇਹਨਾਂ ਨੂੰ ਅਸੀਂ ਦੇਖਦੇ ਹਾਂ ਕਿ ਸਕੂਲ ਸਾਡਾ ਇੰਨਾ ਵਧੀਆ ਬਣਾ ਦਿੱਤਾ ਔਰ ਗਲੀਆਂ ਹੋਰ ਸੜਕਾਂ ਧਰਮਸ਼ਾਲਾ ਬਹੁਤ ਸਾਨੂੰ ਗਿਫਟ ਦਿੱਤੇ ਹਨ। ਅਸੀਂ ਇਹੀ ਉਮੀਦ ਚਾਹਾਂਗੇ ਕਿ ਇਸੇ ਤਰ੍ਹਾਂ ਸਾਨੂੰ ਸਾਡੇ ਸਿਰ 'ਤੇ ਹੱਥ ਰੱਖ ਕੇ ਸਾਡੇ ਨਾਲ ਜੁੜ ਕੇ ਰਹਿਣਗੇ ਔਰ ਆਉਣ ਵਾਲੇ ਟਾਈਮ 'ਚ ਹੋਰ ਡਿਵੈਲਪਮੈਂਟ ਕਰਨਗੇ। ਤਾਂ ਹੀ ਇੰਨੇ ਜਿੰਨੇ ਵੀ ਸਾਡੇ ਦੇਖੋ ਅਲੱਗ ਅਲੱਗ ਪਾਰਟੀ, ਕੋਈ ਕਾਂਗਰਸ ਆਪਣੇ ਅਕਾਲੀ ਦਲ ਤੋਂ, ਕੋਈ ਹੋਰ ਆਪ 'ਚੋਂ, ਸਾਰੇ ਬੰਦੇ ਆ ਕੇ ਇੱਥੇ ਜੁਆਇਨ ਕਰ ਰਹੇ ਨੇ ਔਰ ਇਹੀ ਚਾਹੁੰਦੇ ਨੇ ਕਿ ਆਉਣ ਵਾਲੇ ਟਾਈਮ 'ਚ ਇਹ ਹੋਰ ਵੀ ਸਾਡੇ ਨਾਲ ਜੁੜਨਗੇ ਬੰਦੇ, ਘੱਟੋ ਘੱਟ 50 ਕੁ ਬੰਦੇ ਜੁੜੇ ਹਨ ਔਰ ਹੋਰ ਵੀ ਅਸੀਂ ਉਪਰਾਲਾ ਕਰ ਰਹੇ ਹਾਂ ਕਿ ਹੋਰ ਬੰਦੇ ਜੁਆਇਨ ਕਰਾਵਾਂਗੇ ਔਰ ਇੱਕ ਤਰਫਾ ਹੀ ਸਾਰਾ ਕਾਂਗਰਸ ਪਿੰਡ ਸਾਡੇ ਪਿੰਡ ਦੇ ਵਿੱਚ ਇੱਕ ਤਰਫੀ ਵੋਟ ਪਏਗੀ। ਕੀ ਕਹਿਣਾ ਚਾਹੋਗੇ ਜੀ, ਕਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਹੈ ਜੋ ਆਪਣਾ ਚੰਨੀ ਜੀ ਆ ਰਹੇ ਹਾਂ ਉਰੇ? ਚੰਨੀ ਜੀ ਦੀ ਅੱਜ ਆਪਣੀ ਮੀਟਿੰਗ ਹੋਈ ਹੈ ਕੋਠੀ 'ਚ ਅਤੇ ਆਪਾਂ ਤਿਆਰੀ ਤਕਰੀਬਨ ਮੁਕੰਮਲ ਹੈ। ਯੂਥ ਨੂੰ ਅਸੀਂ ਬੜੀ ਵੱਡੀ ਮਾਤਰਾ 'ਚ 4 ਤੋਂ 5 ਹਜ਼ਾਰ ਯੂਥ ਨੂੰ ਅਸੀਂ ਲੈ ਕੇ ਜਾਵਾਂਗੇ ਅਤੇ ਬੜੇ ਲੋਕ ਆਪੇ ਹੀ ਆ ਰਹੇ ਹੈ ਵੀ ਹਾਂ ਚੰਨੀ ਸਾਹਿਬ ਆ ਰਹੇ ਹੈ, ਕਿਉਂਕਿ ਤੁਹਾਨੂੰ ਪਤਾ ਚੰਨੀ ਸਾਹਿਬ ਦੀ ਫੈਨ ਫੋਲੋਇੰਗ ਪਹਿਲਾਂ ਹੀ ਬਹੁਤ ਹੈ ਅਤੇ ਸਾਡਾ ਪੂਰਾ ਤਿਆਰੀ ਹੈ ਜੀ 29 ਤਰੀਕ ਦੀ। ਅਸੀਂ ਘਨੌਰ ਮੰਡੀ ਪੂਰਾ ਆਪਣਾ ਯੂਥ ਦਾ ਇਕੱਠ ਅਸੀਂ ਲੈ ਕੇ ਜਾਵਾਂਗੇ, ਸਾਰੇ ਆਪਣੇ ਜਿੰਨੇ ਵੀ ਸਾਡੇ ਅਹੁਦੇਦਾਰ ਨੇ ਉਹ ਵੀ ਪੂਰੇ ਤਿਆਰ ਪਰ ਤਿਆਰ ਨੇ। ਠੀਕ ਹੈ ਜੀ। ਸੋ ਹਲਕਾ ਘਨੌਰ ਦੇ ਵਿੱਚ ਖੜੇ ਸੀ ਅਤੇ 29 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਜਿਹੜੇ ਹੈ ਉਹ ਘਨੌਰ ਹਲਕੇ ਦੇ ਵਿੱਚ ਆਉਣਗੇ ਅਤੇ ਇੱਕ ਰੈਲੀ ਨੂੰ ਸੰਬੋਧਨ ਕਰਨਗੇ। ਹੁਣ ਦੇਖਣਾ ਇਹ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਚੰਨੀ ਵੱਲੋਂ ਕਿਹੜੇ ਕਿਹੜੇ ਪਟਾਰੇ ਜਿਹੜੇ ਹੈ ਘਨੌਰ ਹਲਕੇ ਵਾਸਤੇ ਖੋਲ੍ਹੇ ਜਾਂਦੇ ਹੈ। ਕੈਮਰਾਮੈਨ ਮੋਹਿਤ ਦੇ ਨਾਲ ਹਲਕਾ ਘਨੌਰ ਤੋਂ ਸੰਦੀਪ ਚੌਧਰੀ, ਨਿਊਜ਼ 18 ਪੰਜਾਬ।